ਅੱਛਾ ਤੋ ਕਹਿਣ ਦਾ ਮਤਲਬ ਇਹ ਹੈ ਬਈ ਤੇਰਾ ਪੂਰਾ ਧੋਖਾ ਲੈ ਕੇ ਰਿਹਾ ਧੋਖਾ ਤਾਂ ਲੱਗ ਗਿਆ ਮੈਂ ਤਾਂ ਦੋ ਦਿਨ ਹੋ ਗਏ ਰੋਟੀ ਗੁਨ ਖਾ ਰਹੀ ਹਾਂ ਅੱਛਾ ਦੁੱਕਰ ਇੱਕ ਪਰਿਵਾਰ ਦਾ ਸਦਸਿਆ ਕੋ ਜਿਹੜਾ ਕਰ ਨਹੀਂ ਉਸ ਤੇ ਹੀ ਬਣਾ ਲੈ ਕੇ ਰਿਹਾ ਅੱਛਾ ਮੈਂ ਨਾ ਗਲੀ ਨੂੰ ਬਤਾਓ ਪਹਿਲਾਂ ਤੁਹਾਡੇ ਦਰਸ਼ਕਾਂ ਦਾ ਨਾਮ ਬਤਾ ਦਿਓ ਆਪ ਮੇਰਾ ਨਾਮ ਅਜੇ ਦਾਂਗੜਾ ਗਾਵਾਂ ਨਾਗਲੀ ਅੱਛਾ ਜੀ ਅਜੇ ਜੀ ਨੂੰ ਬਤਾ ਦਿਓ ਮਾਰੇ ਦਰਸ਼ਕਾਂ ਨੇ ਬਈ ਸਿੱਧੂ ਮੂਸੇ ਵਾਲਾ ਕਿਹੜਾ ਨਾਗਲੀ ਮੈਂ ਕਿਤਨੇ ਜਣੇ ਫੈਨ ਹੈ किसे का फोन पर देख लो सबका फोन बस ओए लग रहा है उसका स्टेटस अच्छा उसे का स्टेटस लग रहा है तो तमने जिस तरह जब पता चलिया सिद्धू मूसेवाला जिस तरह डेथ होगी उसका बस किस तरह रिएक्शन था तारा मार बहुत बढ़िया होते मैं उसके कोई भी नए एल्बम बांधी मैं उसके सबसे ज्यादा शेयर कर दे अच्छा शेयर कर दे ज्यादा और फुल लाइक कर दे कने का मतलब ईसा है भाई कोई भी टाइम नहीं है बस जिस टाइम तुम नहीं सुनते गाने मामे फोन ने कहने लग रहे ਤੂੰ ਉਸੇ ਵਾਲਾ ਕਬਰਿਆ ਉਸੇ ਦਾ ਫੋਨ ਭਰਿਆ ਹੈ ਅੱਛਾ ਮਰਾ ਫੋਨ ਮੈਂ ਦੇ ਲੈ ਸਾਰੀ ਵੀਡੀਓਜ਼ ਕੀ ਸ਼ੇਅਰ ਕਰਕੇ ਅੱਛਾ ਇਬਨੂ ਕੇ ਵਿਰਾਸਾ ਕੱਲ੍ਹ ਨਾ ਹੀ ਆਬਤ ਹੋਊਗੀ ਅੱਛਾ ਤੋ ਮੈਨੂੰ ਬਤਾ ਜਿਸ ਤਰ੍ਹਾਂ ਅਸੀਂ ਤੋਂ ਉਸੇ ਵਾਲਾ ਕੀ ਡੈਥ ਹੋਈ ਬਸ ਜਿਸ ਤਰ੍ਹਾਂ ਕਈ ਲੋਕ ਨੂੰ ਵੀ ਉਹ ਹੈ ਬਰਿੰਕ ਕਰਨ ਲੱਗ ਜਹਾ ਆਪਣੇ ਵੀ ਡਰਿੰਕ ਕਰੇ ਕਰੀ ਭਾਈ ਕਰੀ ਕਰੀ ਅੱਛਾ ਫਿਰ ਉਹ ਕੀ ਕਰੇ ਅੱਛਾ ਤੋ ਕਹਨੇ ਕਾ ਮਤਲਬ ਇਹ ਹੈ ਬੈ ਡਿਪਰੈਸ਼ਨ ਮੈਂ ਆ ਗਏ تھے ਆਪ ਕੋਲ ਹੋਰ ਹੋਰ ਬਸ ਕਹਨੇ ਕਾ ਮਤਲਬ ਇਹ ਹੈ ਕਈ ਲੋਕਾਂ ਜਿਸ ਇੱਕ ਨੂੰ ਪਰਿਵਾਰ ਦਾ ਸਦਸ਼ੀਆ ਕੋ ਜੈ ਨਹੀਂ ਉਸ ਤੇ ਵੀ ਕਹਨਾ ਉਹ ਬੁੰਡਾ ਧੋਖਾ ਲੱਗ ਗਿਆ अच्छा भाई उसका बाबू जिस तरह आपने देखा होगा मतलब तो अच्छा। पूरा शौकीन तो, था, वो। अच्छा, पूरा सोकिन था। कहने का मतलब नागड़ी गांव का अंदर नी और भी गंदर सिद्धू भाई का इतना दुख लग रहा पूछो ही ना तो जिस तरह जो हादसा होया शुरू में

ਹਾਂ ਨਾ ਤਾਂ ਕਹਿਣਾ ਕੰਮ ਮਤਲਬ ਇਹੋ ਹੈ ਬਸ ਸਾਰੇ ਦਰਸ਼ਕਾਂ ਦਾ ਭਾਈ ਕਾ ਦੁੱਖ ਮੈਂ ਤਾਂ ਦੇਖਿਆ ਨਹੀਂ ਗਿਆ ਤਿੰਨ ਚਾਰ ਮਿੰਟ ਕੀ ਵੀਡੀਓ ਬਣਾਈ ਹੈ ਭਾਈ ਤੇ ਜਿਸ ਤਰੀਆਂ ਨਹੀਂ ਅਗਰ ਤਾਂ ਮੈਂ ਸਿੱਧੂ ਮੂਸੇ ਵਾਲੇ ਦਾ ਸਭ ਤੋਂ ਵੱਡੇ ਫੈਨ ਹਾਂ ਨਹੀਂ ਭਾਈ ਕਮੈਂਟ ਮੈਂ ਬਤਾ ਦਿਓ ਔਰ ਵੀਡੀਓ ਨਾ ਨੂੰ ਨਾ ਕਰੀ ਤਾਂ ਮੈਂ ਲਾਈਕ ਕਰੋ ਨਾ ਕਰੋ ਯਾਰ ਦੁੱਖ ਭਾਈ ਦਾ ਸਭ ਤੋਂ ਵੱਡਾ ਹੋ ਰਿਹਾ ਹੈ ਔਰ ਮੇਰਾ ਹੀ ਬਹੁਤ ਬੜਾ ਦੁੱਖ ਹੈ ਭਾਈ ਮੈਂ ਵੀ ਗਾਣੇ ਬਹੁਤ ਗਾਣੇ ਸੁਣਿਆ ਕਰਦਾ ਦੋਸਤੋ ਅਗਰ ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਸਬਸਕ੍ਰਾਈਬ ਔਰ ਕਮੈਂਟ ਕਰਨਾ ਨਾ ਭੁੱਲੇ ਜੈ ਹਰਿਆਣਾ ਜੈ ਹਰਿਆਣਾ ਜੀ